लगभग एक हफ्ते से अधिक बीत जाने के बाद भी गुरदासपुर रेलवे स्टेशन पर कार्यरत महिला कर्मचारी के तबादले के आदेश आने के बाद भी उसको रिलीव नहीं किया जा रहा है। उक्त महिला रविंद्र कौर गुरदासपुर रेलवे इंक्वायरी रिजर्व सुपरवाइजर के तौर पर कार्यरत हैं और अप्रैल 2013 से इस पद पर गुरदासपुर में काम कर रही है। उनका परिवार जलंधर में रहता है तथा वह यहाँ पर अकेली सरकारी क्वार्टर्स में रहती है। काफी प्रयास के बाद 29 मार्च को उनका तबादला हो गया। अधिकारियों को ये बात नागवारा हुई, इस कारण अभी तक उन्हें रिलीव नहीं किया गया है। रविंद्र कौर ने बताया कि रिलीव के लिए अधिकारियों से गुजारिश भी की गई है लेकिन अधिकारी मान नहीं रहे हैं। ट्रांसफर हो गई थी 29 मार्च 2017 ਅਤੇ ਉਹਦੇ ਵਾਈਜ਼ ਮੈਨੂੰ ਮਤਲਬ ਸਪੇਅਰ ਨਹੀਂ ਇੱਕ ਤਾਂ ਕੀਤਾ ਜਾ ਰਿਹਾ, ਦੂਜਾ ਮੈਨੂੰ ਆਪਣੇ ਕੈਡਰ ਤੋਂ ਲੈ ਕੇ ਦੂਸਰੇ ਕੈਡਰ ਦੇ ਵਿੱਚ 12-12 ਘੰਟੇ ਡਿਊਟੀ ਕਰਾਈ ਜਾ ਥਾਂ 'ਤੇ। ਈਵਨ ਕਿ ਹੁਣ 29 ਤਰੀਕ ਨੂੰ ਮੈਂ ਉਹਨਾਂ ਨੇ ਰੋਸ ਵੀ ਕੀਤਾ ਇਸ ਚੀਜ਼ ਲਈ ਔਰ ਰਿਟਰਨ 'ਚ ਵੀ ਲਿਖ ਕੇ ਭੇਜਿਆ, ਉਹਦੀ ਨਿਊਜ਼ ਪੇਪਰ 'ਚ ਵੀ ਇਹ ਦਿੱਤਾ ਸਾਰਾ ਕੁਛ, ਮਗਰ ਨਹੀਂ ਕੋਈ ਵੀ ਇਸ ਤਰ੍ਹਾਂ ਗੱਲ। ਧਰਨਾ ਇਹ ਕਿ ਇਹਨਾਂ ਨੇ ਮੈਨੂੰ ਅਣਪਛਾਤੇ ਲੋਕ ਭੀੜ ਦੇ ਵਿੱਚ ਮੈਨੂੰ ਧਮਕੀਆਂ ਦੇਣ ਲੱਗ ਪਏ ਕਿ ਅਗਰ ਤੂੰ ਸ਼ਾਮ ਨੂੰ ਨਹੀਂ ਰਾਤ ਨੂੰ ਉੱਠੀ ਤਾਂ ਅਸੀਂ ਇਸ ਰਾਤ ਦੇਖੋ ਤੇਰਾ ਕੀ ਹਾਲ ਕਰਦੇ। ਫਿਰ ਮੈਂ ਆਪਣੇ ਵਕੀਲਾਂ ਜਾਂ ਆਪਣਿਆਂ ਨੂੰ ਕਿਸੇ ਕਿਹਦੇ ਵੱਲੋਂ ਦਿੱਤੀਆਂ ਗਈਆਂ ਤੁਹਾਨੂੰ? ਉਹੀ ਤੇ ਉਹ ਇਹੋ ਭੀੜ ਸੀਗੀ, ਆਵਾਜ਼ ਹੀ ਆਉਂਦੀ ਪਈ ਸੀ, ਪਤਾ ਨਹੀਂ ਚੱਲਦਾ ਪਿਆ ਸੀ ਕਿੰਨੀ ਭੀੜ ਸੀਗੀ ਤੇ ਕੌਣ ਤੇ ਰਿਸੈਪਸ਼ਨ ਕੌਣ ਵੱਲੋਂ ਹੀ ਹੋਏ ਨਾ, ਉਹਨਾਂ ਨੂੰ ਹੀ ਪ੍ਰੋਬਲਮ ਸੀਗੀ ਮੇਰੇ ਕੋਲ। ਤੁਹਾਡੇ ਆਰਡਰ ਹੋ ਚੁੱਕੇ ਆ ਤੇ ਫਿਰ ਤੁਹਾਨੂੰ ਜਾਣ ਕਿਉਂ ਨਹੀਂ ਦਿੱਤੀ? ਕਿਉਂ ਨਹੀਂ? ਇਹੀ ਤੇ ਸਰ ਮੈਂ ਇਹੀ ਤੇ ਪੁੱਛਣੀ ਪਈ ਕਿ ਕਿਉਂ ਨਹੀਂ ਜਾ ਰਹੀ, ਮੈਨੂੰ ਬਸ ਆਰਡਰ ਆ ਇਹ ਰਿਟਰਨ 'ਚ ਦਿੱਤਾ ਜਾਵੇ। ਨਹੀਂ ਕਹਿੰਦੇ ਹੋ ਤੁਹਾਡੇ ਜਿਹੜੇ ਆਰਡਰ ਆ ਕੈਂਸਲ ਹੋ ਚੁੱਕੇ ਨੇ? ਹਾਂਜੀ, ਉਹਦੀ ਕੈਂਸਲ ਦੀ ਕੋਈ ਕਾਪੀ ਮੈਨੂੰ ਨਹੀਂ ਮਿਲੀ। ਮੇਰੇ ਆਰਡਰ ਹੋ ਚੁੱਕੇ ਨੇ ਕਿ ਮੈਨੂੰ ਸਪੇਅਰ ਕੀਤਾ ਜਾਏ, ਔਰ ਅਗਰ ਮੈਨੂੰ ਸਪੇਅਰ ਨਹੀਂ ਕਰ ਰਹੇ ਉਹਦਾ ਲਿਖਤੀ ਰੂਪ ਵਿੱਚ ਮੈਨੂੰ ਰੀਜ਼ਨ ਦਿੱਤਾ ਜਾਏ। ਸਟੇਟਮੈਂਟ ਨਹੀਂ ਦੇ ਸਕਦੇ? ਪ੍ਰੈਸ ਕਾਨਫਰੰਸ ਨਹੀਂ ਕਰ ਸਕਦੇ? ਅਗਰ ਆਪ ਨੂੰ ਜ਼ਿਆਦਾ ਜ਼ਰੂਰਤ ਹੈਗੀ ਹੈ ਅਸੀਂ ਇਹਦਾ ਕੇਸ ਜਿੰਨਾ ਵੀ ਹੋਇਆ ਜੋ ਵੀ ਇਹਨਾਂ ਨੇ ਧਰਨਾ ਪ੍ਰਦਰਸ਼ਨ ਕੀਤਾ ਉਹ ਅਸੀਂ ਭੇਜ ਦਿੱਤਾ ਫਿਰੋਜ਼ਪੁਰ ਡੀਅਰ ਵਾਪਸ ਫਾਰਵਰਡ ਕਰਤਾ। ਹੁਣ ਫਿਰੋਜ਼ਪੁਰ ਵਾਲੇ ਜਾਣਾ ਉਹਨਾਂ ਦਾ ਕੰਮ, ਸਾਡੇ ਕੋਲ ਜਿਹੜੀ ਫਿਰੋਜ਼ਪੁਰ ਆਉਣੀ ਸਿੱਧੀ ਡਾਕਟਰ ਨੂੰ ਚਿੱਠੀ ਹੋਏਗੀ ਤਾਂ ਅਸੀਂ ਦੱਸਾਂਗੇ ਨਾ ਕਿ ਫਰੈਂਸੀ ਆਰਡਰ ਹੋਇਆ ਜੋ ਵੀ।